ਜੀ ਵੀਰੇ ਕੀ ਹਾਲ ਚਾਲ ਹੈ? ਠੀਕ ਠਾਕ ਹੋ ਸਾਰੇ? ਆਪਣੇ ਲਈ ਅਰਜੁਨ ਨੋਵਾ ਟਰੈਕਟਰ ਆਇਆ ਸੀਗਾ, ਕੰਪਰੈਸ਼ਰ ਖਰਾਬ ਸੀ, ਇਸ 'ਤੇ ਆਪਾਂ ਕੰਪਰੈਸ਼ਰ ਲਾਇਆ। ਇਹ ਚਾਈਨੀਜ਼ ਕੰਪਰੈਸ਼ਰ ਹੈ, ਠੀਕ ਹੈ। ਕਸਟਮਰ ਨੇ ਕਿਹਾ ਇਹ ਚਾਈਨੀਜ਼ ਲਾਉਣਾ ਸਸਤਾ, ਯਾਨੀ ਕਿ ਸਸਤਾ ਸਾਰਨ ਹੈ। ਆਪਾਂ ਇਹ 'ਚ ਕੰਪਰੈਸ਼ਰ ਫਿਟਿੰਗ ਕੀਤਾ। ਇੱਧਰ ਸਾਰਾ ਟੋਟਲ ਖਰਚਾ ਆਪਾਂ ਲਿਆ 10,500 ਰੁਪਇਆ, ਮਤਲਬ ਗੈਸ ਗੁਸ ਪਾ ਕੇ ਸਾਰਾ ਸਾਫ ਕਰਕੇ ਫਿਟਿੰਗ ਕਰੀ ਆ। ਇਹ ਟਰੈਕਟਰ ਆਇਆ ਸੀ ਆਪਣੇ ਕੋਲ ਲੌਂਗੋਵਾਲ ਤੋਂ, ਇਹ ਭੇਜਿਆ ਵੀਰ ਨੇ, ਜਿਹੜੇ MDA ਸੀ ਕੈਬਨ ਵਾਲਾ ਵੀਰ, ਉਸਨੇ ਭੇਜਿਆ ਸੀ ਆਪਣੇ ਕੋਲ। ਰੋਟੀ ਪਿੰਡ ਤੋਂ ਉਸਦਾ ਹੀ ਕੈਬਨ ਲੱਗਿਆ ਹੋਇਆ ਸੀ, ਬਾਕੀ ਸਾਰਾ ਸਿਸਟਮ ਇਹਦਾ ਠੀਕ ਸੀਗਾ। ਇਹ 'ਚ ਆਪਾਂ ਕੰਪਰੈਸ਼ਰ ਫਿਟਿੰਗ ਕਰਤਾ, ਅਤੇ ਆਪਣੀ ਵਰਕਸ਼ਾਪ ਇਹ ਹੈਗੀ ਕਾਲਜ ਰੋਡ ਸੁਨਾਮ, ਤੁਹਾਨੂੰ ਪਤਾ ਹੀ ਆ।